ਪਿਆਰੇ ਵਿਦਿਆਰਥੀਓ ਸਕੂਲ ਸਿੱਖਿਆ ਭਾਗ ਪੰਜਾਬ ਵੱਲੋਂ ਬਾਇਓ ਮੰਥਲੀ ਇਗਜ਼ਾਮ ਜੁਲਾਈ 2021 ਚੱਲ ਰਹੇ ਨੇ ਤੇ ਅਸੀਂ ਅੱਜ ਕਲਾਸ 9ਵੀਂ ਦਾ ਸਮਾਜਿਕ ਸਿੱਖਿਆ ਦਾ ਜਿਹੜਾ ਪੇਪਰ ਹੈ ਉਸ ਨੂੰ ਹੱਲ ਕਰਾਂਗੇ ਜਿਸ ਨੂੰ ਦੇਖ ਕੇ ਤੁਸੀਂ ਆਪਣੇ ਨੰਬਰਾਂ ਦਾ ਅੰਦਾਜ਼ਾ ਲਗਾਉਣਾ ਹੈ ਆਪਣੇ ਨੰਬਰ ਪਤਾ ਕਰਨੇ ਨੇ ਬੇਸ਼ੱਕ ਦੀ ਜਿਹੜਾ ਲਿੰਕ ਹੈ ਉਹ ਖਤਮ ਹੋ ਚੁੱਕਿਆ ਹੈ ਪਰੰਤੂ ਅਸੀਂ ਸਿਰਫ ਆਪਣਾ ਸਵੈ ਵਿਸ਼ਲੇਸ਼ਣ ਕਰਨ ਵਾਸਤੇ ਆਪਣਾ ਸੈਲਫ ਐਨਲਾਈਜ਼ ਕਰਨ ਵਾਸਤੇ ਇਹ ਪੇਪਰ ਨੂੰ ਦੇਖਦੇ ਹੁੰਨੇ ਆ ਸੋ ਆਓ ਦੇਖਦੇ ਹਾਂ ਅਸੀਂ ਅੱਜ ਦਾ ਪੇਪਰ ਸਮਾਜਿਕ ਸਿੱਖਿਆ ਦਾ ਕਲਾਸ 9ਵੀਂ ਹਾਂਜੀ ਬਿਆਰ ਵਿਦਿਆਰਥੀਓ ਸਭ ਤੋਂ ਪਹਿਲਾਂ ਇੱਥੇ ਡਿਸਟ੍ਰਿਕਟ ਭਰਨਾ ਹੈ ਫਿਰ ਅਸੀਂ ਇੱਥੇ ਈ ਪੰਜਾਬ ਆਈਡੀ ਭਰਨੀ ਹੈ ਬੱਚੇ ਨੇ ਆਪੋ ਆਪਣੀ ਤੇ ਇਹਨਾਂ ਨੂੰ ਬਿਲਕੁਲ ਸਹੀ ਭਰਨਾ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਪ੍ਰਸ਼ਨ ਦੇਖਦੇ ਹਾਂ ਪਹਿਲਾਂ ਪੰਕਜ ਗਰਮੀ ਦੀਆਂ ਛੁੱਟੀਆਂ ਕੱਟਣ ਲਈ ਆਪਣੇ ਮਾਮਾ ਜੀ ਕੋਲ ਗਿਆ ਉਹ ਕਿਹੜੇ ਰਾਜ ਵਿੱਚ ਗਿਆ ਜਿੱਥੇ ਅੰਗਮੀ ਉਹ ਅਤੇ ਚਾਂਗ ਪਛਾਵਾਂ ਬੁਲੀਆਂ ਜਾਂਦੀਆਂ ਹਨ ਦੱਸੋ ਉਸਦੇ ਮਾਮਾ ਜੀ ਕਿਸ ਰਾਜ ਵਿੱਚ ਰਹਿੰਦੇ ਹਨ ਇਹ ਪਛਾਵਾਂ ਬੁਲੀਆਂ ਜਾਂਦੀਆਂ ਨੇ ਨਾਗaland ਦੇ ਵਿੱਚ ਤਾਂ ਇਹਦਾ ਜਿਹੜਾ ਸਹੀ ਆਨਸਰ ਹੋ ਗਿਆ ਨਾਗaland ਇਹਦਾ ਸਹੀ ਆਨਸਰ ਹੋ ਗਿਆ ਨੈਕਸਟ ਦੇਖਦੇ ਹਾਂ ਭਾਰਤੀ ਪੰਜਾਬ ਦੀਆਂ ਰਾਜਸ਼ਾਹੀ ਰਿਆਸਤਾਂ ਪਟਿਆਲਾ ਨਾਭਾ ਮਲੇਰਕੋਟਲਾ ਜੀਨ ਕਪੂਰਥਲਾ ਫਰੀਦਕੋਟ ਨਾਲਾਗੜ੍ਹ ਅਤੇ ਕਲਸੀਅਮ ਮਿੱਤੀ ਖਾਲੀਥਾਂ ਨੂੰ ਇਕੱਠਾ ਕਰਕੇ ਨਵਾਂ ਰਾਜ ਪੈਪਸੂ ਬਣਾਇਆ ਗਿਆ ਤਾਂ ਇਹ ਕਿਹੜੀ ਮਿਤੀ ਨੂੰ ਬਣਾਇਆ ਗਿਆ ਸੀ ਇਹ ਬਣਾਇਆ ਗਿਆ ਸੀ 15 ਜੁਲਾਈ 1948 ਦੇ ਵਿੱਚ ਤੇ ਇਹਦਾ ਜਿਹੜਾ ਮੇਨ ਜਿਹੜਾ ਸਟੇਟ ਸੀਗਾ ਉਹ ਪਟਿਆਲਾ ਸੀਗਾ 15 ਜੁਲਾਈ 1948 ਦੇ ਵਿੱਚ ਇਹ ਬਣਿਆ ਸੀਗਾ ਨੈਕਸਟ ਪਰਸਨ ਦੇਖਦੇ ਹਾਂ ਇੱਕ ਅਜਿਹਾ ਪ੍ਰਬੰਧ ਜਿੱਥੇ ਕਿਸੇ ਵਸਤੂਆਂ ਦੇ ਖਰੀਦਦਾਰ ਅਤੇ ਵਿਕਰੇਤਾ ਆਪਸ ਵਿੱਚ ਸੰਪਰਕ ਕਰਕੇ ਵਸਤਾਂ ਦਾ ਵੇਚਦੇ ਅਤੇ ਖਰੀਦਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਜਿੱਥੇ ਵਸਤੂਆਂ ਖਰੀਦੀਆਂ ਜਾਂਦੀਆਂ ਨੇ ਵੇਚੀਆਂ ਜਾਂਦੀਆਂ ਨੇ ਤਾਂ ਵੇਚਣ ਵਾਲੇ ਵੀ ਜਾਂਦੇ ਨੇ ਉੱਥੇ ਖਰੀਦਣ ਵਾਲੇ ਵੀ ਜਾਂਦੇ ਨੇ ਤਾਂ ਉਸ ਨੂੰ ਅਸੀਂ ਬਾਜ਼ਾਰ ਕਹਿੰਦੇ ਹਾਂ ਤਾਂ ਇਹਦਾ ਸਹੀ ਆਨਸਰ ਹੋ ਗਿਆ ਬਾਜ਼ਾਰ ਅਗਲਾ ਦੇਖਦੇ ਹਾਂ ਅਸੀਂ ਚੌਥਾ ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਕੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਕੀ ਗਿਆ ਜਾਂਦਾ ਹੈ ਦੇਖੋ ਵਸਤੂ ਤਿਆਰ ਕੀਤੀ ਜਾਂਦੀ ਹੈ ਕੱਚਾ ਮਾਲ ਲਾ ਕੇ ਫਿਰ ਢੋਆ ਢੁਆਈ ਕੀਤੀ ਜਾਂਦੀ ਹੈ ਉਸ ਨੂੰ ਵੇਚਣ ਤੱਕ ਕਾਫੀ ਖਰਚ ਆ ਜਾਂਦਾ ਹੈ ਉਸ ਨੂੰ ਅਸੀਂ ਲਾਗਤ ਕਹਿੰਦੇ ਹਾਂ ਤਾਂ ਇਹ ਜਿਹੜਾ ਹੈਗਾ ਇਹਦਾ ਸਹੀ ਆਨਸਰ ਹੈ ਲਾਗਤ ਤੋਂ ਬਾਅਦ ਵਿਸ਼ੇ ਪ੍ਰਸਿੱਧ ਪ੍ਰਾਤਨ ਵਿਸ਼ਵ ਵਿਦਿਆਲਿਆ ਤਕਸ਼ਿਲਾ ਪੰਜਾਬ ਦੀ ਧਰਤੀ ਤੇ ਸਥਿਤ ਸੀ ਅੱਜ ਕੱਲ ਇਹ ਕਿਹੜੇ ਦੇਸ਼ ਵਿੱਚ ਪੈਂਦਾ ਹੈ ਬੇਸ਼ੱਕ ਅੱਜ ਵੀ ਇਹ ਪੰਜਾਬ ਦੇ ਵਿੱਚ ਹੀ ਹੈ ਸਥਾਨ ਪਰੰਤੂ ਉਹ ਜਿਹੜਾ ਪੰਜਾਬ ਹੈ ਉਹ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਪਾਕਿਸਤਾਨ 1947 ਦੇ ਵਿੱਚ ਪਾ ਜਿਹੜਾ ਪੰਜਾਬ ਸੀਗਾ ਉਸਦੇ ਦੋ ਭਾਗ ਹੋ ਗਏ ਸੀ ਇੱਕ ਪਾਕਿਸਤਾਨ ਦੇ ਵਿੱਚ ਚਲਾ ਗਿਆ ਸੀ ਤੇ ਇੱਕ ਭਾਰਤ ਦੇ ਵਿੱਚ ਇਸ ਕਰਕੇ ਅੱਜ ਕੱਲ ਜਿਹੜਾ ਇਹ ਸਥਾਨ ਹੈ ਪਾਕਿਸਤਾਨ ਦੇ ਵਿੱਚ ਸਥਿਤ ਹੈ ਉਸ ਤੋਂ ਬਾਅਦ ਸultanpur Lodhi ਰਹਿੰਦਿਆਂ ਗੁਰੂ ਜੀ ਹਰ ਰੋਜ਼ ਬਿਆਈ ਨਦੀ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਸਨ ਇੱਥੇ ਹੀ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਇਸ ਸਥਾਨ ਤੇ ਕਿਹੜਾ ਗੁਰਦੁਆਰਾ ਬਣਿਆ ਹੋਇਆ ਹੈ ਇਸ ਸਥਾਨ ਤੇ ਤਪਸਥਾਨ ਗੁਰਦੁਆਰਾ ਬਣਿਆ ਹੋਇਆ ਹੈ ਨੈਕਸਟ ਹੈ ਸਾਡੇ ਕੋਲ ਪੰਜਾਬ ਵਿੱਚ ਰਹਿਣ ਵਾਲੇ ਸੰਜੂ ਦੀ ਉਮਰ 2015 ਵਿੱਚ 17 ਸਾਲ ਦੀ ਸੀ ਦੋਸਤੋ ਹੇਟ ਲਿਖੀਆਂ ਚੋਣਾ ਵਿੱਚੋਂ ਉਹ ਸਭ ਤੋਂ ਪਹਿਲਾਂ ਵੋਟ ਕਦੋਂ ਪਾਵੇਗਾ ਤਾਂ 17 ਸਾਲ ਦੀ ਉਮਰ 2015 ਦੇ ਵਿੱਚ ਹੈ ਤੇ ਵਿਅਕਤੀ ਬੋਟ ਕਦੋਂ ਪੰਦਾ ਹੈ ਜਦੋਂ ਉਹ 18 ਸਾਲ ਦਾ ਹੋ ਜਾਂਦਾ ਹੈ ਤਾਂ ਇਸ ਦੇ ਵਿੱਚ ਦੇਖੋ 18 ਸਾਲ ਦਾ ਕਦੋਂ ਹੋਊਗਾ 2015 17 ਦਾ ਹੈ ਤਾਂ 2016 ਦੇ ਵਿੱਚ ਉਹ 18 ਸਾਲ ਦਾ ਹੋ ਜਾਏਗਾ ਤਾਂ ਇਸ ਦਾ ਮਤਲਬ 2016 ਦੇ ਵਿੱਚ ਵੋਟ ਪਾ ਸਕਦਾ ਹੈ 2016 ਤੋਂ ਬਾਅਦ ਵੀ ਵੋਟ ਪਾ ਸਕਦਾ ਹੈ ਤਾਂ ਸਾਡੇ ਕੋਲ ਆਪਸ਼ਨਾਂ ਕਿਹੜੀਆਂ ਨੇ ਲੋਕ ਸਭਾ ਚੋਣਾ 2024 22 2022 2019 2017 ਤਾਂ ਸਭ ਤੋਂ ਪਹਿਲਾਂ ਉਹ ਵੋਟ ਪਾਊਗਾ ਪੰਜਾਬ ਵਿਧਾਨ ਸਭਾ ਚੋਣਾ 2017 ਇਹ ਜਿਹੜੀ ਇਹਦੀ ਆਪਸ਼ਨ ਹੈਗੀ ਹੈ ਬਿਲਕੁਲ ਸਹੀ ਹੈ ਤਾਂ ਇਹ ਦਾ ਸਹੀ ਆਨਸਰ ਹੈ ਨੈਕਸਟ ਦੇਖਦੇ ਹਾਂ ਇੱਥੇ ਲਿਖਿਆ ਸੰਸਥਾਵਾਂ ਵਿੱਚੋਂ ਕਿਹੜੀ ਸੰਸਥਾ ਅੰਤਰਰਾਸ਼ਟਰੀ ਪੱਧਰ ਦੀ ਹੈ ਅੰਤਰਰਾਸ਼ਟਰੀ ਮੁਦਰਾ ਖੋਜ ਸੰਯੁਕਤ ਰਾਸ਼ਟਰ ਸੰਘ ਪੀਸ਼ਵਕੁਲ ਇਹ ਸਾਰੀ ਹੀ ਜਿਹੜੀਆਂ ਸੰਸਥਾਵਾਂ ਨੇ ਆ ਅੰਤਰਰਾਸ਼ਟਰੀ ਬਦਰਦੀਆਂ ਨੇ ਤਾਂ ਇਹਦੇ ਵਿੱਚ ਆ ਗਿਆ ਉਪਰੋਕਤ ਸਾਰੀਆਂ ਨੈਕਸਟ ਦੇਖਦੇ ਹਾਂ ਅਸੀਂ ਇਹ ਸਾਡੇ ਕੋਲੇ ਆ ਗਏ ਸਰੋਤ ਦੇ ਆਧਾਰਿਤ ਪ੍ਰਸ਼ਨ ਉੱਤਰ ਜਨਨ ਕਿ ਪਹਿਲਾਂ ਅਸੀਂ ਇਸ ਨੂੰ ਪੜ੍ਹਾਂਗੇ ਫਿਰ ਉਹਨਾਂ ਦੇ ਆਨਸਰ ਦੇਵਾਂਗੇ ਵਰਤਮਾਨ ਪੰਜਾਬ ਭਾਰਤ ਦੇ ਉੱਤਰ ਪੱਛਮ ਵਿੱਚ ਸਥਿਤ ਹੈ ਇਸ ਦੇ ਪੱਛਮ ਵਿੱਚ ਪਾਕਿਸਤਾਨ ਉੱਤਰ ਵਿੱਚ ਜੰਮੂ ਕਸ਼ਮੀਰ ਉੱਤਰ ਪੂਰਬ ਵੱਲ ਹਿਮਾਚਲ ਪ੍ਰਦੇਸ਼ ਦੱਖਣ ਵੱਲ ਹਰਿਆਣਾ ਦੱਖਣ ਪੱਛਮ ਵੱਲ ਰਾਜਸਥਾਨ ਆਉਂਦੇ ਹਨ ਤਾਂ ਇਹਨੂੰ ਦੇਖ ਕੇ ਅਸੀਂ ਆਨਸਰ ਦੇਣੇ ਨੇ ਉਸ ਤੋਂ ਪਹਿਲਾਂ ਅਸੀਂ ਨਕਸ਼ਾ ਦੇਖਦੇ ਹਾਂ ਨਕਸ਼ੇ ਦੇ ਵਿੱਚ ਇਹ ਜੋ ਕੁਝ ਸਾਨੂੰ ਦੱਸਿਆ ਇਹਦੇ ਬਾਰੇ ਜਾਣਾਂਗੇ ਉਸ ਤੋਂ ਬਾਅਦ ਅਸੀਂ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਪਹਿਲਾਂ ਅਸੀਂ ਪਹਿਲਾਂ ਇਸ ਤੋਂ ਇੱਥੇ ਦੇਖਦੇ ਹਾਂ ਆ ਪੰਜਾਬ ਹੈ ਸਾਡੇ ਕੋਲੇ ਪੰਜਾਬ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਥੇ ਪੰਜਾਬ ਹੈ ਔਰ ਇਸ ਦੇ ਉੱਪਰ ਜਾਈਏ ਅਸੀਂ ਉੱਤਲੇ ਪਾਸੇ ਤਾਂ ਉੱਤਰ ਆ ਜਾਂਦਾ ਹੈ ਉੱਤਰ ਜਾਨੀ ਕਿ ਨਾਰਥ ਔਰ ਅਸੀਂ نیچے ਆਈਏ ਤਾਂ ਇਧਰ ਸਾਡੇ ਕੋਲੇ ਸੌਦਾ ਜਾਂਦਾ ਹੈ ਦੱਖਣ ਔਰ ਇਸ ਤਰਫ ਜਾਈਏ ਤਾਂ ਈਸਟ ਆ ਜਾਂਦਾ ਹੈ ਪੂਰਬ ਔਰ ਇਸ ਤਰਫ ਜਾਈਏ ਤਾਂ ਵੈਸਟ ਜਾਨੀ ਕਿ ਪੱਛਮ ਆ ਜਾਂਦਾ ਹੈ ਤਾਂ ਅਸੀਂ ਦੇਖਿਆ ਉੱਤਰ ਦੱਖਣ ਪੂਰਬ ਪੱਛਮ ਔਰ ਇਹਨਾਂ ਦੇ ਵਿਚਕਾਰ ਦੀ ਜਿਹੜੀ ਇੱਥੋਂ ਲੈ ਕੇ ਜੇ ਆਹ ਦੇਖੀਏ ਇਲਾਕਾ ਤਾਂ ਆਏਗਾ ਉੱਤਰ ਪੱਛਮੀ ਤਾਂ ਇਹ ਇਧਰ ਆ ਗਿਆ ਉੱਤਰ ਪੂਰਵੀ ਔਰ ਇਸ ਤਰਫ ਆ ਗਿਆ ਪੱਛਮ ਦੱਖਣ ਪੱਛਮੀ ਦੱਖਣ ਪੱਛਮੀ ਔਰ ਇਸ ਪਰ ਸੇ ਆ ਗਿਆ ਦੱਖਣ ਪੂਰਵੀ ਇਹ ਜਿਹੜੀਆਂ ਦਿਸ਼ਾਵਾਂ ਹੋ ਗਈਆਂ ਇਹ ਦਿਸ਼ਾਵਾਂ ਬਾਰੇ ਸਾਡੇ ਤੋਂ ਕੁਐਸਚਨ ਪੁੱਛਿਆ ਗਿਆ ਹੈ ਜਿਹੜਾ ਇਸ ਦੇ ਬਿਲਕੁਲ ਉੱਪਰਲੇ ਪਾਸੇ ਹੋਊਗਾ ਇਲਾਕਾ ਉਹ ਹੋਊਗਾ ਸਾਡਾ ਉੱਤਰ ਦੇ ਵਿੱਚ ਨੀਚੇ ਵਾਲਾ ਹੋਊਗਾ ਦੱਖਣ ਦੇ ਵਿੱਚ ਇਧਰਲਾ ਹੋਊਗਾ ਪੂਰਬ ਵਾਲੇ ਪਾਸੇ ਔਰ ਇਧਰ ਜੋ ਹੋਊਗਾ ਉਹ ਪੱਛਮ ਵਾਲੇ ਪਾਸੇ ਔਰ ਇਹ ਦਾ ਹਿਸਾਬ ਕਿਤਾਬ ਲਾ ਕੇ ਅਸੀਂ ਦੇਖਣਾ ਹੈ ਵੀ ਜਦੋਂ ਅਸੀਂ ਉਹਦੇ ਉੱਤੇ ਪਰਾਂਗੇ ਜਿਹੜੇ ਕੁਐਸਚਨ ਦਾ ਅਨਸਰ ਦੇਵਾਂਗੇ ਉਦੋਂ ਇਹਨਾਂ ਗੱਲਾਂ ਨੂੰ ਖਿਆਲ ਦੇ ਵਿੱਚ ਰੱਖਣਾ ਹੈ ਦੇਖੋ ਉੱਪਰਲੇ ਪਾਸੇ ਉੱਤਰ ਦੇ ਵਿੱਚ ਜੰਮੂ ਕਸ਼ਮੀਰ ਆ ਗਿਆ ਦੱਖਣ ਦੇ ਵਿੱਚ ਇਹਦੇ ਇਹ ਨੀਚੇ ਆ ਗਿਆ ਮੱਧ ਪ੍ਰਦੇਸ਼ ਔਰ ਪੱਛਮ ਦੱਖਣ ਪੱਛਮ ਵਾਲੇ ਪਾਸੇ ਰਾਜਸਥਾਨ ਆ ਗਿਆ ਇਧਰ ਉੱਤਰ ਪ੍ਰਦੇਸ਼ ਆ ਗਿਆ ਦੱਖਣ ਪੂਰਬ ਵਾਲੇ ਪਾਸੇ ਔਰ ਇਧਰ ਜਿਹੜਾ ਹੈਗਾ ਉੱਪਰ ਵਾਲੇ ਪਾਸੇ ਅਫਗਾਨਿਸਤਾਨ ਆ ਗਿਆ ਜਿਸ ਨੂੰ ਅਸੀਂ ਉੱਤਰ ਪੱਛਮੀ ਕਹਿੰਦੇ ਹਾਂ ਇਸ ਤਰ੍ਹਾਂ ਹਿਮਾਚਲ ਆ ਗਿਆ ਜਿਹੜਾ ਇਹ ਇਹ ਸਾਡੇ ਕੋਲੇ ਉੱਤਰ ਪੂਰਬੀ ਆ ਗਿਆ ਇਸ ਤਰ੍ਹਾਂ ਆਵਲਾ ਔਰ ਰਾਜਸਥਾਨ ਆ ਗਿਆ ਜਿਹੜਾ ਇਹ ਦੱਖਣ ਪੱਛਮੀ ਆ ਗਿਆ ਤਾਂ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਦਾ ਆਨਸਰ ਦੇਣਾ ਹੈ ਪਹਿਲਾਂ ਇਸ ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਤੇ ਉਸ ਤੋਂ ਬਾਅਦ ਅਸੀਂ ਆਨਸਰ ਦਿੰਨੇ ਆ ਚਲੋ ਦੇਖਦੇ ਹਾਂ ਹੁਣ ਅਸੀਂ ਦੇਖਦੇ ਹਾਂ ਪ੍ਰਸ਼ਨ ਦੇ ਉੱਤਰ ਪ੍ਰਸ਼ਨ ਨੰਬਰ 9 ਵਰਤਮਾਨ ਪੰਜਾਬ ਭਾਰਤ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ ਵਰਤਮਾਨ ਜਿਹੜਾ ਪੰਜਾਬ ਅਸੀਂ ਦੇਖਿਆ ਕੇ ਉੱਤਰ ਪੱਛਮ ਵਾਲੇ ਪਾਸੇ ਸਥਿਤ ਹੈ ਇਹ ਨਕਸ਼ੇ ਦੇ ਵਿੱਚ ਵੀ ਅਸੀਂ ਦੇਖਿਆ ਉਸ ਤੋਂ ਬਾਅਦ 10ਵਾਂ ਪ੍ਰਸ਼ਨ ਹਰਿਆਣਾ ਪੰਜਾਬ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ ਹਰਿਆਣਾ ਅਸੀਂ ਦੇਖਿਆ ਕਿ ਦੱਖਣ ਵੱਲ ਸਥਿਤ ਹੈ ਨਕਸ਼ੇ ਦੇ ਵਿੱਚ ਵੀ ਦੇਖਿਆ ਉਸ ਤੋਂ ਬਾਅਦ 11ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਕੁਮੰਤਰੀ ਸਰਹੱਦ ਨਾਲ ਨਹੀਂ ਲੱਗਦਾ ਇਹਨਾਂ ਦੇ ਵਿੱਚੋਂ ਸਾਰੇ ਜਿਹੜੇ ਜਿਹੜੇ ਜ਼ਿਲ੍ਹੇ ਨੇ ਉਹ ਪਾਕਿਸਤਾਨ ਨਾਲ ਲੱਗਦੇ ਨੇ ਕੁਮੰਤਰੀ ਜਿਹੜੀ ਸਰਹੱਦ ਹੈ ਉਹਦੇ ਨਾਲ ਪਰੰਤੂ ਇਹਨਾਂ ਦੇ ਵਿੱਚੋਂ ਜਿਹੜਾ ਫਰੀਦਕੋਟ ਹੈ ਉਹ ਨਹੀਂ ਲੱਗਦਾ ਪਠਾਨਕੋਟ ਲੱਗਦਾ ਤਰਨਖਾ ਤਰਨਤਾਰਨ ਲੱਗਦਾ ਹੈ ਫਾਜ਼ਿਲਕਾ ਲੱਗਦਾ ਹੈ ਫਿਰੋਜ਼ਪੁਰ ਵੀ ਲੱਗਦਾ ਬਟ ਫਰੀਦਕੋਟ ਨਹੀਂ ਲੱਗਦਾ ਇਹਦਾ ਸਹੀ ਆਨਸਰ ਏ ਹੋ ਗਿਆ ਨੈਕਸਟ ਹੈ ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ ਪਣਜੀ ਗੁਆਹ ਦੀ ਰਾਜਧਾਨੀ ਹੈ ਰਾਂਚੀ ਹੈ ਜਿਹੜੀ ਇਹ ਵੀ ਰਾਜਧਾਨੀ ਹੈ ਰਾਏਪੁਰ ਹੈ ਜਿਹੜੀ ਛਤੀਸਗੜ੍ਹ ਦੀ ਰਾਜਧਾਨੀ ਹੈ ਰਾਂਚੀ ਜਿਹੜੀ ਝਾਰਖੰਡ ਦੀ ਰਾਜਧਾਨੀ ਹੈ ਤੇ ਅਹਮਦਾਬਾਦ ਹੈ ਜਿਹੜਾ ਇਹ ਕਿਸੇ ਦੇਸ਼ ਦੀ ਰਾਜਧਾਨੀ ਆ ਸਟੇਟ ਦੀ ਰਾਜਧਾਨੀ ਨਹੀਂ ਹੈ ਤਾਂ ਇਹਦਾ ਸਹੀ ਆਨਸਰ ਹੋ ਗਿਆ ਅਹਮਦਾਬਾਦ ਇਹ ਗੁਜਰਾਤ ਦਾ ਬਹੁਤ ਵੱਡਾ ਸ਼ਹਿਰ ਜ਼ਰੂਰ ਹੈ ਪਰੰਤੂ ਰਾਜਧਾਨੀ ਨਹੀਂ ਹੈ ਉਸ ਤੋਂ ਬਾਅਦ ਉਤਪਾਦਨ ਦਾ ਕਿਹੜਾ ਕਾਰਕ ਚੱਲ ਹੈ ਜਨ ਕਿ ਉਦਮੀ ਵੀ ਬਦਲਦੀ ਰਹਿੰਦੀ ਹੈ ਭੂਮੀ ਪੂੰਜੀ ਵੀ ਬਦਲਦੀ ਰਹਿੰਦੀ ਹੈ ਕਿਰਤ ਵੀ ਬਦਲਦੀ ਰਹਿੰਦੀ ਹੈ ਪਰੰਤੂ ਭੂਮੀ ਹੈ ਜਿਹੜੀ ਉਹ ਨਹੀਂ ਬਦਲਦੀ ਹੈਗੀ ਤਾਂ ਇਹਦਾ ਸਹੀ ਆਨਸਰ ਆ ਗਿਆ ਭੂਮੀ ਉਸ ਤੋਂ ਬਾਅਦ ਇੰਗਲੈਂਡ ਦੀ ਮੁਦਰਾ ਕਿਹੜੀ ਹੈ ਇੰਗਲੈਂਡ ਦੀ ਮੁਦਰਾ ਪਾਉਂਡ ਹੈ ਯੂਕੇ ਵਾਲੇ ਪਾਉਂਡ ਆਪਾਂ ਕਹਿੰਦੇ ਆ ਯੂਕੇ ਦੇ ਪਾਉਂਡ ਹਨ ਤਾਂ ਇਹਦੀ ਸਹੀ ਅਨਸਰ ਹੈਗਾ ਪਾਉਂਡ ਨੈਕਸਟ ਹੈਗੇ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਵਿੱਚ ਕਦੋਂ ਮਿਲਿਆ ਗਿਆ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ 1849 ਈਸਵੀ ਦੇ ਵਿੱਚ ਮਿਲਾਇਆ ਗਿਆ ਜਿਹੜਾ ਸੈਕੰਡ ਐਂਗਲੋ ਸਿੱਖ ਵਾਰ ਸੀਗਾ ਉਸ ਤੋਂ ਬਾਅਦ ਜਜ਼ੀਆ ਕੀ ਸੀ ਜਜ਼ੀਆ ਇੱਕ ਧਾਰਮਿਕ ਕਰ ਸੀਗਾ ਜਿਹੜਾ ਕਿ ਮੁਸਲਮਾਨ ਰਾਜਿਆਂ ਵੱਲੋਂ ਸਾਸ਼ਕਾਂ ਵੱਲੋਂ ਅ ਗੈਰ ਮੁਸਲਮਾਨ ਲੋਕਾਂ ਤੋਂ ਲਿਆ ਜਾਂਦਾ ਸੀਗਾ ਜਾਨੀ ਕਿ ਜਿਹੜੇ ਮੁਸਲਮਾਨ ਨਹੀਂ ਸੀਗੇ ਉਨ੍ਹਾਂ ਤੋਂ ਇਹ ਕਰ ਲਿਆ ਜਾਂਦਾ ਸੀ ਅਕਬਰ ਨੇ ਇਸ ਨੂੰ ਬੰਦ ਕਰਤਾ ਸੀ ਪਰੰਤੂ ਔਰੰਗਜ਼ੇਬ ਨੇ ਫੇਰ ਇਸ ਨੂੰ ਸਟਾਰਟ ਕਰਤਾ ਸੀ ਪੁਰਾਣੀ ਪੰਜਾਬ ਦੇ ਨਕਸ਼ੇ ਵਿੱਚ ਲਾਲ ਰੰਗ ਨਾਲ ਇੱਕ ਦਰਿਆ ਦਿਖਾਈ ਦੇ ਰਿਹਾ ਹੈ ਇਸ ਦਰਿਆ ਦਾ ਨਾਮ ਦੱਸੋ ਤਾਂ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਇਹ ਦਰਿਆ ਨੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਕਿ ਸਿੰਧ ਦਰਿਆ ਸਿੰਦੂ ਨਦੀ ਘਾਟੀ ਵਾਲਾ ਜਿਹੜਾ ਉਹ ਦਰਿਆਏ ਫਿਰ ਹੈਗਾ ਜੇਲਮ ਚਨਾਬ ਰਾਵੀ ਸਤਲੁਜ ਬਿਆਸ ਇਹ ਅਸੀਂ ਚੰਗੀ ਤਰ੍ਹਾਂ ਜੰਦੇ ਹਾਂ ਤਾਂ ਇਹ ਜਿਹੜਾ ਰਾਸ ਸੀਗਾ ਇਹ ਹੈਗਾ ਰਾਵੀ ਸੌਰੀ ਇਹ ਨਦੀ ਹੈਗੀ ਹੈ ਰਾਵੀ ਜਦ ਰਿਆ ਰਾਵੀ ਤਾਂ ਇਸ ਦਾ ਜਿਹੜਾ ਸਹੀ ਆਨਸਰ ਹੋਊਗਾ ਉਹ ਕਿਹੜਾ ਹੋਊਗਾ ਰਾਵੀ ਉਸ ਤੋਂ ਬਾਅਦ ਸਾਡੇ ਕੋਲੇ 18 ਨੰਬਰ ਪ੍ਰਸ਼ਨ ਪ੍ਰਾਣੇ ਪੰਜਾਬ ਦੇ ਨਕਸ਼ੇ ਵਿੱਚ ਹਰੇ ਰੰਗ ਨਾਲ ਇੱਕ ਤਾਰਾ ਦਿਖਾਈ ਬਣਿਆ ਦਿਖਾਈ ਦੇ ਰਿਹਾ ਹੈ ਇੱਥੇ ਸਿਤ ਦੇ ਦਰੜਾ ਨਾਂ ਦਾ ਸੋ ਤਾਂ ਸਭ ਤੋਂ ਪਹਿਲਾਂ ਅਸੀਂ ਆ ਆ ਸੀਗਾ ਜਿਹੜਾ ਤਾਰਾ ਇਸ ਨੂੰ ਅਸੀਂ ਨਕਸ਼ੇ ਤੋਂ ਦੇਖਦੇ ਹਾਂ ਆ ਦੇਖੋ ਆ ਸੀਗਾ ਦਰੜੇ ਆ ਖੇਬਰ ਦਰਰਾ ਹੈ ਹਟੋਚੀ ਆ ਗੋਮਲ ਇਹ ਬੁਲੰਦ ਆ ਸਾਡੇ ਤੋਂ ਬੁਲੰਦ ਦਰਰੇ ਬਾਰੇ ਹੀ ਪੁੱਛਿਆ ਗਿਆ ਸੀ ਇੱਥੇ ਜਿਹੜਾ ਸਟਾਰ ਲਗਾਇਆ ਗਿਆ ਸੀ ਇਸੇ ਬਾਰੇ ਸਾਨੂੰ ਪੁੱਛਿਆ ਸੀ ਇਹ ਕਿਹੜਾ ਦਰ ਹੈ ਤਾਂ ਇਹ ਬੁਲਾਨ ਦਰ ਹੈ ਦਰਾ ਕੀ ਹੁੰਦਾ ਹੈ ਪਹਾੜਾਂ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਰਸਤਾ ਕੁਦਰਤੀ ਰਸਤਾ ਜਿੱਥੋਂ ਦੀ ਆਸਾਨੀ ਕੁਝ ਹਿੰਮਤ ਕਰਕੇ ਲੰਘਿਆ ਜਾ ਸਕਦਾ ਹੈ ਜਾਇ ਉਹ ਦਰਿਆ ਹੋਵੇ ਉੱਥੇ ਚਾਹੇ ਉਹ ਪਹਾੜ ਹੋਣ ਉਹਨਾਂ ਸ਼੍ਰੇਂਖਲਾਵਾਂ ਨੂੰ ਪਾਰ ਕੀਤਾ ਜਾ ਸਕਦਾ ਹੈ ਉਹ ਇੱਕ ਕੁਦਰਤੀ ਰਸਤੇ ਨੇ ਇਹ ਕੋਈ ਸਿੱਧੇ ਪੱਧਰੇ ਰਸਤੇ ਨਹੀਂ ਹੈਗੇ ਕੁਦਰਤੀ ਉਬੜ ਖੱਬੜ ਰਸਤੇ ਜਿਹੜੇ ਹੁੰਦੇ ਨੇ ਉਨਾ ਨੂੰ ਅਸੀਂ ਦਰਰਾ ਬੋਲਦੇ ਆ ਤਾਂ ਬੁਲਾਨ ਦਰ ਹੈ ਜਿਹੜਾ ਇੱਥੇ ਹੈ ਤਾਂ ਇੱਥੇ ਜਿਹੜਾ ਹੈਗੇ ਸੀ ਬੁਲਾਨ ਦਰ ਹੈ ਤਾਂ ਅਸੀਂ ਉਸ ਉੱਤੇ ਜਿਹੜਾ ਅਨਸਰ ਪਰਾਂਗੇ ਬੁਲਾਨ ਦਰ ਸਿੱਧੀ ਅਸੀਂ ਇਸ ਦੀ ਸਹੀ ਆਪਸ਼ਨ ਦੇਖਦੇ ਹਾਂ ਤਾਂ ਏ ਹੈ ਗਿਆ ਬੁਲਾਨ ਇਹ ਜਿਹੜਾ ਸੀਗਾ ਬੁਲਾਨ ਦਰਰਾ ਤਾਂ ਇਹ ਇਹ ਦਾ ਅਨਸਰ ਹੋਊਗਾ ਉਸ ਤੋਂ ਬਾਅਦ ਹੀਟਲਿੰਗ ਦੇਸ਼ਾਂ ਵਿੱਚੋਂ ਬੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ ਚੀਨ ਕੋਲ ਹੈ ਫਰਾਂਸ ਕੋਲ ਹੈ ਰੂਸ ਕੋਲ ਹੈ ਪਰੰਤੂ ਭਾਰਤ ਕੋਲ ਜਿਹੜੀ ਇਹ ਸ਼ਕਤੀ ਨਹੀਂ ਹੈ ਜੁਨੋ ਦੇ ਵਿੱਚ ਜਿਹੜਾ ਕੀ ਹੈ ਕਿ ਨਾ ਕਰਨ ਦੀ ਪਾਵਰ ਚੀਨ ਕੋਲ ਵੀ ਹੈ ਫਰਾਂਸ ਕੋਲ ਵੀ ਹੈ ਰੂਸ ਕੋਲ ਹੈ ਜੇ ਕੋਈ ਸਮਝੌਤਾ ਹੁੰਦਾ ਹੈ ਜਾਂ ਸੰਧੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਬਿਲ ਵਗੈਰਾ ਹੁੰਦਾ ਹੈ ਜੇ ਪਾਸ ਹੋਣਾ ਜੇ ਉਹਦੇ ਵਿੱਚ ਇੱਕ ਦੇਸ਼ ਨਾ ਕਰ ਦੇ ਵੀ ਟੋ ਸ਼ਕਤੀ ਵਾਲਾ ਤਾਂ ਉਹ ਪਾਸ ਨਹੀਂ ਹੁੰਦਾ ਤਾਂ ਇਹ ਪਰੰਤੂ ਭਾਰਤ ਕੋਲੇ ਸ਼ਕਤੀ ਨਹੀਂ ਹੈ ਕਿਸ ਦੇਸ਼ ਨੇ ਦੁਨੀਆ ਨੂੰ ਸੰਸਦੀ ਲੋਕਤੰਤਰੀ ਪ੍ਰਣਾਲੀ ਪਨਾਉਣ ਦੀ ਪ੍ਰੇਰਣਾ ਦਿੱਤੀ ਪਾਰਲੀਮੈਂਟਰੀ ਜਿਹੜਾ ਸਿਸਟਮ ਹੈ ਇੰਗਲੈਂਡ ਤੋਂ ਲਿਆ ਗਿਆ ਤਾਂ ਸਾਰੇ ਦੇਸ਼ਾਂ ਨੇ ਇੰਗਲੈਂਡ ਤੋਂ ਹੀ ਲਿਆ ਤੇ ਭਾਰਤ ਨੇ ਵੀ ਇਸ ਨੂੰ ਇੰਗਲੈਂਡ ਤੋਂ ਹੀ ਲਿਆ ਸੋ ਪਿਆਰੇ ਵਿਦਿਆਰਥੀਓ ਇਹ ਸੀ ਅੱਜ ਦਾ ਜਿਹੜਾ ਪੇਪਰ ਸੋ ਸਾਰੇ ਵਿਦਿਆਰਥੀਆਂ ਉਮੀਦ ਕਰਦੇ ਹਾਂਗੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸੁਣਿਆ ਹੋਵੇਗਾ ਤੇ ਆਪਣੇ ਪ੍ਰਸ਼ਨਾਂ ਦੇ ਆਨਸਰ ਸਹੀ ਲੱਭ ਲਈ ਹੋਣਗੇ ਤੇ ਆਖਰ ਦੇ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਲਾਈਕ ਤੇ ਸ਼ੇਅਰ ਕਰ ਦਿਓ ਥੈਂਕ ਯੂ ਵੈਰੀ ਮੱਚ ਤੇ ਐਂਡ ਅੰਤ ਦੇ ਵਿੱਚ ਤੁਸੀਂ ਜਦੋਂ ਪੇਪਰ ਕਰਦੇ ਹੋ ਨਿਓ ਤਾਂ ਸਬਮਿਟ ਜਰੂਰ ਕਰਨਾ ਹੁੰਦਾ ਹੈ ਸਾਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ